ਹਾਂ ਉਹ ਤਾਂ ਦੱਸਿਆ ਨਾ ਦੇਖੀ ਦੇਖੀ ਤਾਂ ਕਿਹਾ ਮਾਰਾ ਮੈਂ ਬਸ ਬਸ ਤੱਕ ਕਲੀਨਾ ਮਾਰ ਰਿਹਾ ਹੈ ਸੰਗਤ ਖੜੀ ਆ ਬਸ ਬਸ ਇਹ ਤੁਸੀਂ ਧੱਕੇ ਮਾਰਦੇ ਹੋ ਤੁਸੀਂ ਧੱਕੇ ਮਾਰਦੇ ਚੰਗੇ ਬੜੇ ਖੜੇ ਆ ਕੱਲੇ ਤੁਸੀਂ ਧੱਕੇ ਮਾਰਦੇ ਹੋ ਕੋਈ ਨਹੀਂ ਮਾਰਦਾ ਕਿਸੇ ਨੂੰ ਮੂਰੋ ਆ ਛੋਡੇ ਦੰਦਾਂ ਲੈਣਾ ਹੋ ਗਿਆ ਤਾਂ ਤੁਸੀਂ ਗਾਂ ਟੱਪ ਜੋ ਸੀ ਖੜੇ ਆ ਜਿਹੜਾ ਅਸੀਂ ਗਾਂ ਨੂੰ ਅਜੇ ਫਿਰ ਤਾਂ ਕਹੋ ਬਈ ਹੱਕੀ ਇਹਨਾਂ ਨੂੰ ਗਾਂ ਇਹੀ ਧੱਕੇ ਮਾਰਦੇ ਆ ਇਹੀ ਧੱਕੇ ਮਾਰੀ ਜਾਂਦੇ ਇਹਨਾਂ ਨੂੰ ਗਾਂ ਲੈ ਕੇ ਜਾ ਇਹਨਾਂ ਲੈਣਾ ਹੋਰ ਤਾਂ ਕੋਈ ਬੋਲਦਾ ਨਹੀਂ ਹੈਗਾ ਨਾ ਨਾ ਅਸੀਂ ਨਹੀਂ ਹੁਣ ਬਾਈ ਆਰੇ ਕੋਈ ਤੇ ਗਲਤ ਤਾਂ ਤਾਂ ਲੈਣਾ ਲੱਗਿਆ ਨੇ ਇਹਨਾਂ ਦੀਆਂ ਉਧਰੇ ਬਸ ਇਦਾਂ ਤਾਂ ਲਾਈ ਜਾਂਦੇ ਜਿਹੜੇ ਖੜੇ ਆ ਉਹ ਹੀ ਖੜੇ ਆ ਮੱਥਾ ਟੇਕਣਾ ਸਾਡੇ ਮੱਥਾ ਟੇਕਣਾ ਆ ਆਰਾਮ ਨਾਲ ਹੀ ਆਰਾਮ ਨਾਲ ਖੜੇ ਆ ਇਦਾਂ ਤਾਂ ਉਹਦੇ ਖੜੇ ਆ 2 ਘੰਟੇ ਹੋ ਗਏ ਟੋਪੀ ਦਾ ਰੂਪੀ ਲਾ ਦੇ ਵੀਰੇ ਰਮਾਨ ਵੰਨੋ ਟੱਕ ਲੋ ਭਾਈ ਤੇਰੇ ਬਾ ਕੋਈ ਨਹੀਂ ਕੋਈ ਹੋਰ ਮੈਂ ਟੱਕ ਜੀ ਟੋਪੀ ਲਾ ਕੇ ਜੀ ਓਏ ਹੋਏ ਪਿੱਛੇ ਨੂੰ ਜੀ ਭਾਈ ਫੋਨ ਫੜ ਲੈ ਸਾਡੇ ਕੋਲ ਪਿੱਛੇ ਰੱਖੋ ਜਵਾਕਾ ਨੂੰ ਚੱਲੋ ਭਾਈ ਚੱਲੋ ਭਾਈ ਚੋ ਦੋ ਟੱਕਾ ਪੈਣਾ ਭਾਈ ਕੋਈ ਗੱਲ ਨਹੀਂ ਭਾਈ ਸੁਣਦਾ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਮੜਾ ਸਮਝੀ ਮੈਂ ਕੋਈ ਨਹੀਂ ਆਨਲਾਈਨ ਮੰਗਾਈ ਹੋਇਆ ਨੈਟ ਤੇ ਪਾ ਕੇ ਦਿਖਾਊਗਾ ਟੋਪੀ ਭਾਈ ਖੜਾ ਕੇ ਤੇਰੇ ਬਸ ਅੰਨੇ ਨਾ ਬੈਠਿਓ ਹੈਰਾਨ ਕਰਨ ਲੱਗ ਗਿਆ ਕੋਈ ਨੀ ਮਾਰਦਾ ਗੰਡਾ ਮੰਨ ਕੇ ਤੁਸੀਂ ਤੁਸੀਂ ਹੁਣੀ ਆ ਕੇ ਜਦੋਂ ਦੇ ਇਕੱਠੇ ਹੋਏ ਤੁਰੇ ਪਏ ਉਦੋਂ ਦੇ ਧੱਕੀ ਜਾਂਦੇ ਲੋਕਾਂ ਨੂੰ ਤੁਸੀਂ ਗਾਂ ਲੰਘ ਜੋ ਨੀ ਖੜੇ ਆ ਰਸਾ ਬੜਾ ਫਿਰ ਰਸਾ ਕੋਈ ਨੀ ਆਉਂਦਾ 2 ਘੰਟੇ ਹੋ ਗਏ ਜਦੋਂ ਮਰਜ਼ੀ ਪੁੱਛ ਲੈ 3 ਘੰਟੇ ਹੋ ਗਏ ਫੜ ਜੋ ਧੱਕੇ ਨਾ ਮਾਰੋ ਹੋ ਰਹੀ